ਜਦੋਂ ਰੂਸ ਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਈ ਤਾਂ ਇਸ ਦੌਰਾਨ ਕਈ ਜੇ ਹਥਿਆਰ ਸਾਹਮਣੇ ਆਏ ਜਿਨ੍ਹਾਂ ਨੂੰ ਦੁਨੀਆ ਨੇ ਕਦੇ ਦੇਖਿਆ ਤੱਕ ਨਹੀਂ ਸੀ। ਇਹਨਾਂ ਵਿੱਚੋਂ ਇੱਕ ਹਥਿਆਰ ਸਨਾਈਪੈਕਸ ਐਲੀਗੇਟਰ ਰਾਈਫਲ ਸੀ। ਇਸ ਨੂੰ ਦੁਨੀਆ ਦੀ ਸਭ ਤੋਂ ਲੰਬੀ ਰੇਂਜ ਵਾਲੀ ਰਾਈਫਲ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਅਸਮਾਨ ਵਿੱਚ ਉੱਡਦੇ ਹਵਾਈ ਜਹਾਜ਼ ਨੂੰ ਜ਼ਮੀਨ ਤੋਂ ਹੀ ਨਿਸ਼ਾਨਾ ਲਾ ਕੇ ਹੇਠਾਂ ਸੁੱਟ ਸਕਦੀ ਹੈ। ਇਸ ਰਾਈਫਲ ਦੀ ਮਦਦ ਨਾਲ ਯੂਕਰੇਨ ਦੇ ਸੈਨਿਕਾਂ ਨੇ ਰੂਸ ਦੇ ਕਈ ਬਖਤਰਬੰਦ ਵਾਹਨਾਂ, ਟੈਂਕਾਂ ਅਤੇ ਜਹਾਜ਼ਾਂ ਨੂੰ ਮਲੀਆਮੇਟ ਕਰ ਦਿੱਤਾ। ਅਸੀਂ ਜਿਸ ਰਾਈਫਲ ਦੀ ਗੱਲ ਕਰ ਰਹੇ ਹਾਂ ਉਹ ਸਨਾਈਪੈਕਸ ਐਲੀਗੇਟਰ ਐਂਟੀ ਮਟੀਰੀਅਲ ਰਾਈਫਲ ਹੈ। ਇੱਥੇ ਐਂਟੀ ਮਟੀਰੀਅਲ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਧਾਤ ਵਾਲੇ ਟਾਰਗੇਟ 'ਤੇ ਸਿੱਧਾ ਹਮਲਾ ਕਰ ਸਕਦੇ ਹੋ। ਇਸ ਨੂੰ ਸਾਲ 2020 ਵਿੱਚ ਬਣਾਇਆ ਗਿਆ ਸੀ। ਇਸ ਖਤਰਨਾਕ ਬੰਦੂਕ ਨੂੰ ਬਣਾਉਣ ਵਾਲੀ ਕੰਪਨੀ XADO ਹੋਲਡਿੰਗ ਲਿਮਿਟਡ ਹੈ। ਹਾਲਾਂਕਿ ਪੂਰੀ ਦੁਨੀਆ ਵਿੱਚ ਇਹ ਸਿਰਫ ਯੂਕਰੇਨ, ਜਰਮਨੀ ਅਤੇ ਨੀਦਰਲੈਂਡ ਵਿੱਚ ਬਣਾਈ ਜਾਂਦੀ ਹੈ। 25 ਕਿਲੋ ਦੀ ਇਸ ਬੰਦੂਕ ਦੀ ਲੰਬਾਈ ਕਿਸੇ ਵੀ ਆਮ ਆਦਮੀ ਨਾਲੋਂ ਵੱਧ ਹੈ। ਇਸ ਬੰਦੂਕ ਦੀ ਸਿਰਫ ਬੈਰਲ ਹੀ 3.93 ਫੁੱਟ ਲੰਬੀ ਹੈ। ਇਸ ਬੰਦੂਕ ਨਾਲ ਤੁਸੀਂ 7 ਕਿਲੋਮੀਟਰ ਦੂਰ ਤੱਕ ਨਿਸ਼ਾਨਾ ਫੁੰਡ ਸਕਦੇ ਹੋ। ਇਸ ਖਤਰਨਾਕ ਸਨਾਈਪਰ ਗੰਨ ਦੀ ਰੇਂਜ ਜਿੰਨੀ ਮਾਰੂ ਹੈ ਉਨੀ ਖਤਰਨਾਕ ਇਸ ਤੋਂ ਚੱਲੀ ਗੋਲੀ ਦੀ ਰਫ਼ਤਾਰ ਵੀ ਹੈ। ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਬੰਦੂਕ ਤੋਂ ਚਲਾਈ ਗਈ ਗੋਲੀ ਹਰ ਸਕਿੰਟ 1 ਕਿਲੋਮੀਟਰ ਦੀ ਸਫ਼ਰ ਤੈਅ ਕਰ ਸਕਦੀ ਹੈ। ਯਾਨੀ ਜੇਕਰ ਤੁਹਾਡਾ ਨਿਸ਼ਾਨਾ 2 ਕਿਲੋਮੀਟਰ ਦੂਰ ਹੈ ਤਾਂ ਟ੍ਰਿਗਰ ਦਬਾਉਣ ਦੇ 2 ਸਕਿੰਟਾਂ ਵਿੱਚ ਹੀ ਤੁਹਾਡਾ ਦੁਸ਼ਮਣ ਉੱਥੇ ਹੀ ਤਬਾਹ ਹੋ ਜਾਵੇਗਾ। ਇਸ ਬੰਦੂਕ ਦੇ ਇੱਕ ਮੈਗਜ਼ੀਨ ਵਿੱਚ 5 ਰਾਊਂਡ ਹੁੰਦੇ ਹਨ। ਭਾਵ ਇੱਕ ਵਾਰ ਜਦੋਂ ਤੁਸੀਂ ਮੈਗਜ਼ੀਨ ਨੂੰ ਲੋਡ ਕਰ ਲੈਂਦੇ ਹੋ ਤਾਂ ਤੁਸੀਂ 5 ਟਾਰਗੇਟਾਂ ਨੂੰ ਨਿਸ਼ਾਨਾ ਬਣਾ ਸਕਦੇ ਹੋ। ਸਭ ਤੋਂ ਵੱਡੀ ਗੱਲ ਹੈ ਕਿ ਇਸ ਬੰਦੂਕ ਦੀ ਗੋਲੀ 4.48 ਇੰਚ ਲੰਬੀ ਹੈ। ਭਾਵ ਜੇ ਇਹ ਮਨੁੱਖੀ ਸਰੀਰ ਵਿੱਚ ਦਾਖਲ ਹੁੰਦੀ ਹੈ ਤਾਂ ਉਸਦੇ ਚੀਥੜੇ ਉਡਾ ਦੇਵੇਗੀ। ਇਹ ਇੰਨੀ ਖਤਰਨਾਕ ਹੈ ਕਿ ਇਹ ਲੋਹੇ ਦੇ ਵਾਹਨਾਂ ਨੂੰ ਵੀ ਵਿੰਨ ਦਿੰਦੀ ਹੈ।